ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਬੇਟੇ ਸਾਹਿਲ ਸਾਂਪਲਾ ਦੁਆਰਾ ਪ੍ਰਸ਼ਾਸਨਿਕ ਕੰਪਲੈਕਸ ਕਪੂਰਥਲਾ ਐਸਐਸਪੀ ਦਫ਼ਤਰ ਪਹੁੰਚਣ ਤੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐਲਪੀਯੂ ਨੇ ਪ੍ਰਦੇਸ਼ ਸਰਕਾਰ ਨੂੰ ਕੈਂਪਸ 'ਚ ਰਹਿਣ ਵਾਲੇ ਵਿਦਿਆਰਥੀਆਂ ਦੀ ਸੰਖਿਆ ਦੇ ਬਾਰੇ 'ਚ ਗਲਤ ਜਾਣਕਾਰੀ ਦਿੱਤੀ। ਇਸ ਸੰਬੰਧ 'ਚ ਸਾਹਿਲ ਸਾਂਪਲਾ ਨੇ ਹਾਈ ਕੋਰਟ 'ਚ 24 ਅਪ੍ਰੈਲ ਨੂੰ ਇੱਕ PIL ਦਾਇਰ ਕੀਤੀ ਸੀ, ਜਿਸ 'ਚ ਦੱਸਿਆ ਕਿ ਯੂਨੀਵਰਸਿਟੀ ਦਾ ਕਹਿਣਾ ਸੀ ਕਿ ਕੈਂਪਸ 'ਚ ਸਿਰਫ 300 ਦੇ ਕਰੀਬ ਵਿਦਿਆਰਥੀ ਰਹਿ ਰਹੇ ਹਨ, ਜਦਕਿ SDM ਨੇ ਨਿਰੀਖਣ 'ਚ ਤਿਆਰ ਕੀਤੀ ਗਈ ਰਿਪੋਰਟ 'ਚ ਵਿਦਿਆਰਥੀਆਂ ਦੀ ਸੰਖਿਆ 2421 ਅਤੇ ਸਟਾਫ ਦੇ ਮਿਲਾ ਕੇ 3000 ਤੋਂ ਜ਼ਿਆਦਾ ਨਿਕਲੀ। ਸਾਂਪਲਾ ਨੇ ਹਾਈਕੋਰਟ ਦੇ ਨਿਰਦੇਸ਼ 'ਤੇ ਇੱਕ ਲਿਖਿਤ ਸ਼ਿਕਾਇਤ 25 ਅਪ੍ਰੈਲ ਨੂੰ ਈਮੇਲ ਦੇ ਜ਼ਰੀਏ SSP ਨੂੰ ਭੇਜੀ ਸੀ ਅਤੇ ਬੁੱਧਵਾਰ ਨੂੰ ਉਹਨਾਂ ਨੇ ਮਾਮਲੇ ਦੇ ਜਾਂਚ ਅਧਿਕਾਰੀ SP ਮਨਦੀਪ ਸਿੰਘ ਨਾਲ ਮਿਲ ਕੇ ਕੇਸ ਦੇ ਸੰਬੰਧ 'ਚ ਬਿਆਨ ਦਰਜ ਕਰਵਾਇਆ। ਫਿਲਹਾਲ ਸਾਹਿਲ ਸਾਂਪਲਾ ਵੱਲੋਂ ਹਾਈਕੋਰਟ 'ਚ ਦਾਇਰ PIL SDM ਵੱਲੋਂ ਤਿਆਰ ਕੀਤੀ ਗਈ ਰਿਪੋਰਟ ਕਾਪੀ, ਹਾਇਰ ਐਜੂਕੇਸ਼ਨ ਅਤੇ ਹੋਰ ਵੀ ਦਸਤਾਵੇਜ਼ ਦੀ ਕਾਪੀ SDM ਨੂੰ ਸੌਂਪੀ ਹੈ। ਅੱਜ ਮਾਣਯੋਗ ਪੁਲਿਸ ਵਿਭਾਗ ਵੱਲੋਂ ਮੈਨੂੰ SSP ਆਫਿਸ ਕਪੂਰਥਲਾ ਸੱਦਿਆ ਗਿਆ ਸੀ। ਮੈਨੂੰ ਈਮੇਲ ਦੇ ਥਰਾਹੀਂ ਜਿਹੜਾ ਸੰਦੇਸ਼ ਭੇਜਿਆ ਸੀ ਉਹਨੇ ਉੱਥੇ ਆਉਣ ਦਾ, ਕਿਉਂਕਿ ਤੁਹਾਨੂੰ ਯਾਦ ਹੋਵੇ ਕਿ ਮੈਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਖਿਲਾਫ਼ ਇੱਕ ਕੰਪਲੇਂਟ ਪਾਈ ਸੀ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ ਦੇ ਅਨੁਸਾਰ, ਕਿਉਂਕਿ ਜਿਹਦੇ 'ਚ ਉਹਨੇ ਮੈਨੂੰ ਕਿਹਾ ਸੀ ਕਿ ਤੁਸੀਂ ਲੋਕਲ ਅਥਾਰਟੀ ਦੇ ਸਾਹਮਣੇ ਆਪਣਾ ਜਿਹੜਾ ਵੀ ਮਸਲਾ ਹੈ ਇਹਨੂੰ ਰੱਖਿਆ ਜਾਵੇ, ਤੋ ਮੈਂ ਕੰਪਲੇਂਟ ਦਿੱਤੀ ਸੀ। ਤੋ ਅੱਜ ਉਸ ਕੰਪਲੇਂਟ ਦੇ ਸੰਬੰਧ 'ਚ ਮੈਨੂੰ ਸੱਦਿਆ ਗਿਆ, ਮੇਰਾ ਬਿਆਨ ਨੋਟ ਕੀਤਾ ਗਿਆ ਔਰ ਜੋ ਵੀ ਲੋੜਵੰਦ ਡਾਕੂਮੈਂਟ ਸੀਗੇ, ਜੋ ਦਸਤਾਵੇਜ਼ ਸੀਗੇ, ਉਹ ਮੈਂ ਮਾਣਯੋਗ ਪੁਲਿਸ ਵਿਭਾਗ ਦੇ ਜਿਹੜੇ ਆਦੇਸ਼ਾਂ ਅਨੁਸਾਰ ਉਹਨਾਂ ਨੂੰ ਮੈਂ ਦੇ ਦਿੱਤੇ ਆ ਔਰ ਮੈਂ ਕੋਸ਼ਿਸ਼ ਕਰਦਾ ਕਿ ਜਲਦ ਤੋਂ ਜਲਦ ਪੁਲਿਸ ਵਿਭਾਗ ਇੱਥੇ ਕਾਰਵਾਈ ਕਰੇਗੀ। ਉਸ ਜਿਹੜੇ ਮੈਂ ਦਸਤਾਵੇਜ਼ ਦਿੱਤੇ ਉਹਦੇ ਵਿੱਚ ਮੈਂ SDM ਫਗਵਾੜਾ ਦੀ ਰਿਪੋਰਟ, ਡਿਪਾਰਟਮੈਂਟ ਹਾਇਰ ਐਜੂਕੇਸ਼ਨ ਦਾ ਨੋਟਿਸ, ਹਾਈਕੋਰਟ ਮਾਣਯੋਗ ਹਾਈਕੋਰਟ ਦੇ ਆਰਡਰਾਂ ਦੀ ਕਾਪੀ ਅਤੇ ਨਾਲ ਦੀ ਨਾਲ SSP ਸਾਹਿਬ ਜੀ ਨੂੰ ਕੰਪਲੇਂਟ ਦਿੱਤੀ ਸੀ ਮੈਂ ਈਮੇਲ ਥਰੂ, ਉਹਦੀ ਕਾਪੀ ਮੈਂ ਦਿੱਤੀ ਹੈ। ਸਾਹਿਬ ਕੀ ਤੁਹਾਡੇ ਆਰੋਪ ਨੇ LPU ਦੇ ਉੱਪਰ? ਮੇਰਾ ਜਿਹੜਾ ਕੰਪਲੇਂਟ ਦਿੱਤੀ ਸੀ ਮੈਂ ਲਵਲੀ ਯੂਨੀਵਰਸਿਟੀ ਦੇ ਖਿਲਾਫ਼, ਉਹਦੇ ਵਿੱਚ ਮੈਂ SSP ਸਾਹਿਬ ਨੂੰ ਲਿਖਿਆ ਸੀ, ਜਿਸ ਤੋਂ ਮੈਂ ਹਾਈਕੋਰਟ ਵੀ ਗਿਆ ਸੀ, ਕਿ SDM ਸਾਹਿਬ ਫਗਵਾੜਾ ਨੇ ਰਿਪੋਰਟ ਦਿੱਤੀ ਸੀ ਜੋ ਕਰੋਨਾ ਪੋਜ਼ੀਟਿਵ ਕੁੜੀ ਹੈ ਯੂਨੀਵਰਸਿਟੀ, ਜਿਸ 'ਚ ਤੁਸੀਂ ਕਿਹਾ ਕਿ 300 ਦਾ ਦੱਸਿਆ ਗਿਆ ਯੂਨੀਵਰਸਿਟੀ ਵੱਲੋਂ, ਮਗਰ ਰਿਪੋਰਟ ਦੇ ਵਿੱਚ ਫਗਵਾੜਾ ਜਿਹੜੇ SDM ਫਗਵਾੜਾ ਨੇ ਕਿਹਾ ਕਿ ਯੂਨੀਵਰਸਿਟੀ ਜਾ ਕੇ ਦੇਖਿਆ ਗਿਆ ਤਾਂ 2400 ਤੋਂ ਵੱਧ ਜਿਹੜੇ ਸਟੂਡੈਂਟ ਔਰ ਸਟਾਫ ਨੂੰ ਮਿਲਾ ਕੇ 3100-3200 ਦੇ ਦਰਮਿਆਨ ਅੰਦਰ ਲੋਕ ਨਿਕਲੇ ਔਰ ਨਾਲ ਦੀ ਨਾਲ ਜਿਹੜਾ ਡਿਪਾਰਟਮੈਂਟ ਹਾਇਰ ਐਜੂਕੇਸ਼ਨ ਨੇ ਸ਼ੋਅ ਕੋਸ ਨੋਟਿਸ ਦਿੱਤਾ ਸੀ ਕਿ ਤੁਸੀਂ ਕਾਨੂੰਨ ਦੀ ਜੋ ਉਲੰਘਣਾ ਕੀਤੀ ਹੈ, ਸੋ ਕਿਰਪਾ ਕਰਕੇ ਦੱਸਿਆ ਜਾਵੇ ਤੁਹਾਡੀ NOC ਕਿਉਂ ਨਾ ਰੱਦ ਕੀਤੀ ਜਾਵੇ। ਔਰ ਮੈਂ ਇਹਨਾਂ ਸਾਰੇ ਦਸਤਾਵੇਜ਼ਾਂ ਦੇ ਨਾਲ ਹਾਈਕੋਰਟ ਗਿਆ ਸੀ ਔਰ ਇਹਨਾਂ ਹੀ ਸਾਰੇ ਦਸਤਾਵੇਜ਼ਾਂ ਦੇ ਨਾਲ ਹਾਈਕੋਰਟ ਦੇ ਆਦੇਸ਼ਾਂ ਨਾਲ ਅੱਜ SSP ਆਫਿਸ ਮੈਡਮ ਸਾਹਿਬ ਦੀ ਆਪਣੇ ਸਾਹਿਲ ਕੁਮਾਰ ਨੇ ਉਹਨਾਂ ਨੇ ਇੱਕ ਦਰਖਾਸਤ ਕਰਨ ਥਰੂ ਮੇਲ ਮਨਜ਼ੂਰ ਹੋਈ ਸੀ, ਜਿਸ ਸੰਬੰਧ ਅੱਜ ਉਹਨਾਂ ਨੇ ਆਪਣੇ ਬਿਆਨ ਕਦਮ ਕਰਵਾਏ ਨੇ, ਕਦਮ ਦਿੱਤੇ ਨੇ, ਅੱਗੇ ਬੈਠੇ ਜਾਣਾ, ਜੋ ਵੀ ਹੋਏਗਾ ਲੀਗਲੀ ਚੈੱਕ ਕੀਤਾ ਜਾਏਗਾ। ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ TV ਨਿਊਜ਼ ਪੋਰਟਲ।